ਨਿਤਿਨ ਗਡਕਰੀ ਦੇਵਿੰਦਰ ਫੜਨਵੀਸ ਨੇ ਮੁੰਬਈ ਵਿੱਚ ਕਰੂਜ਼ ਟਰਮੀਨਲ ਦਾ ਕੀਤਾ ਉਦਘਾਟਨ। ਸ਼ਿਪਿੰਗ ਤੇ ਪਾਣੀ ਸਰੋਤਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਮੁੰਬਈ ਵਿੱਚ ਨਵੇਂ ਘਰੇਲੂ ਕਰੂਜ਼ ਟਰਮੀਨਲ ਦਾ ਉਦਘਾਟਨ ਕੀਤਾ। इसमें सबसे बड़ी बात है कि आने वाले 5 साल में 30,000 करोड़ का परकीय चलन हमारे देश को मिलेगा और करीब 2 लाख लोगों को इसमें रोजगार मिलेगा। यह सबसे बड़ी उपलब्धि है।